ਵੈਨਕੂਵਰ ਚ ਇੱਕ ਡਾਊਨਟਾਊਨ ਵਿਖੇ ਹਿੰਸਕ ਵਾਰਦਾਤ ਹੋਈ ਹੈ ਹੋਇਆ ਇਸ ਤਰ੍ਹਾਂ ਕਿ ਸ਼ਾਮ ਨੂੰ ਐਤਵਾਰ ਨੂੰ ਸਟਾਰਬਕਸ ਜਿਹੜੀ ਕਾਫੀ ਸ਼ਾਪ ਹੈਗੀ ਹੈ ਵੈਸਟ ਪੈਂਡਰ ਤੇ ਗ੍ਰੈਨਵਲ ਸਟਰੀਟ ਦੇ ਕੋਰਨਰ ਦੇ ਉੱਤੇ ਉੱਥੇ ਦੋ ਵਿਅਕਤੀਆਂ ਦੇ ਵਿੱਚ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਸ਼ੁਰੇਬਾਜ਼ੀ ਜਿਹੜੀ ਆ ਕੀਤੀ ਗਈ ਹੈ ਤੇ ਇਸ ਸ਼ੁਰੇਬਾਜ਼ੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਪਛਾਣ 37 ਸਾਲਾਂ ਦੇ ਪੌਲ ਸਟੈਨਲੀ ਸ਼ਮਿਟ ਵਜੋਂ ਹੋਈ ਹੈ ਜਦੋਂ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵਿਅਕਤੀ ਫੜਿਆ ਗਿਆ ਉਹਦੀ ਪਛਾਣ 32 ਸਾਲਾਂ ਦੇ ਇੰਦਰਦੀਪ ਗੋਸਲ ਵਜੋਂ ਕੀਤੀ ਗਈ ਹੈ ਜਿਹੜਾ ਇੱਕ ਪੰਜਾਬੀ ਨੌਜਵਾਨ ਆ ਜਿਹੜੇ ਮੌਕੇ ਤੇ ਮੌਜੂਦ ਗਵਾਹ ਨੇ ਉਹਨਾਂ ਦੇ ਮਤਾਬਕ ਕਿਸੇ ਗੱਲੋਂ ਦੋਹਾਂ ਦੇ ਵਿਚਾਲੇ ਜਿਹੜੀ ਆ ਟਕਰਾਰ ਹੋਈ ਆ ਤੇ ਟਕਰਾਰ ਤੋਂ ਬਾਅਦ ਗੋਸਲ ਨੇ ਸ਼ਿਮਟ ਦੇ ਜਿਹੜੇ ਆ ਚਾਕੂ ਮਾਰੇ ਤੇ ਸਖਤ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹ ਜ਼ਖਮਾਂ ਦੀ ਤਾਬ ਨਾ ਛੱਲਦਿਆਂ ਦਾਮ ਤੋੜ ਗਿਆ ਪੁਲਿਸ ਵੱਲੋਂ ਇੰਦਰਦੀਪ ਗੋਸਲ ਦੇ ਉੱਤੇ ਦੂਰੇ ਦਰਜੇ ਦੇ ਸੈਕੰਡ ਡਿਗਰੀ ਮਰਡਰ ਦੇ ਕਤਲ ਦੇ ਚਾਰਜ ਜਿਹੜੇ ਆ ਉਹ ਲਾਏ ਗਏ ਆ ਇਸ ਦੇ ਨਾਲ ਹੀ ਜਿਹੜੀ ਇੱਕ ਹੋਰ ਵੰਦਪਾਗੀ ਖਬਰ ਆ ਉਹ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਬਰਾਟਸ਼ਾਹ ਗੁਰਦੁਆਰਾ ਸਾਹਿਬ ਵੱਲੋਂ ਪਹਿਲੀ ਵਾਰੀ ਨਵੀਂ ਬਿਲਡਿੰਗ ਦੀ ਇਤਕਾਟਣ ਤੋਂ ਬਾਅਦ ਨਗਰ ਕੀਰਤਨ ਉਲੀਕਿਆ ਗਿਆ ਸੀਗਾ ਪੂਰੇ ਕੈਲੀਫੋਰਨੀਆ ਦੇ ਵਿੱਚ ਇਹ ਨਹੀਂ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਬਰਾਟਸ਼ਾਹ ਦਾ ਮਾਹੌਲ ਸੀਗਾ ਸੈਕਰਾਮੈਂਟੋ ਪੰਜਾਬੀਆਂ ਦਾ ਘਾੜਾ ਤੇ ਬ੍ਰਾਡਸ਼ਾਟ ਸੈਕਰਾਮੈਂਟੋ ਗੁਰਦੁਆਰੇ ਦੇ ਨਾਲ ਸੰਗਤ ਬਹੁਤ ਜੁੜੀ ਹੋਈ ਆ ਸੋ ਕਾਫੀ ਉਤਸ਼ਾਹ ਦੇ ਨਾਲ ਉਡੀਕ ਕੀਤੀ ਜਾ ਰਹੀ ਸੀ ਪਰ ਇਹ ਨਗਰ ਕੀਰਤਨ ਪੂਰਵਾਸਰੇ ਨਾ ਚੜ ਸਕਿਆ ਇੱਕ ਹਿੰਸਕ ਵਾਰਦਾਤ ਦੀ ਭੇਡ ਚੜ ਗਿਆ ਦੋ ਗਰੁੱਪਾਂ ਦੀ ਆਪਸ ਵਿੱਚ ਹੋਈ ਲੜਾਈ ਦੇ ਕਾਰਨ ਦੋ ਜ਼ਖਮੀ ਹੋਣ ਦੀ ਖਬਰ ਉਤੋਂ ਆਈ ਹੈ ਹੋਇਆ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਦੋ ਗਰੁੱਪ ਦੋ ਨੌਜਵਾਨ ਜਿਹੜੇ ਕਿ ਇਹਨਾਂ ਨੂੰ ਮੋਰੀ ਚਲਾਉਂਦੇ ਆ ਸੈਕਰਾਮੈਂਟੋ ਦੇ ਨਾਲੇ ਸਬੰਧਤ ਤੇ ਉਹਨਾਂ ਦੀ ਆਰਸ ਵਿੱਚ ਪਹਿਲਾਂ ਵੀ ਕਈ ਵਾਰੀ ਲੜਾਈਆਂ ਝਗੜੇ ਹੋਏ ਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਪੁਲਿਸ ਰਿਕਾਰਡ ਵੀ ਹੈਗਾ ਇਕੱਠ ਦੇ ਵਿੱਚ ਦੁਬਾਰਾ ਭਿੜੇ ਆ ਗੋਲੀ ਚਲਾਈ ਗਈ ਜਿਸ ਦੇ ਕਾਰਨ ਦੋ ਵਿਅਕਤੀ ਸਖਤ ਜ਼ਖਮੀ ਹੋਏ ਆ ਹਾਲ ਦੀ ਘੜੀ ਜਿਹੜੇ ਜ਼ਖਮੀ ਆ ਉਹਨਾਂ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਪਰ ਜਦੋਂ ਇਹ ਪਾਣਾ ਵਾਪਰਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਭਗੜੜ ਮੱਚ ਗਈ ਪੁਲਿਸ ਨੇ ਗੁਰਦਾਰ ਸਾਹਿਬ ਦਾ ਜਿਹੜਾ ਪ੍ਰੀਮੀਸਿਸ ਆ ਉਹ ਖਾਲੀ ਕਰਾ ਲਿਆ ਨਗਰ ਕੀਰਤਨ ਜਿਹੜਾ ਆ ਰਿਹਾ ਸੀਗਾ ਉਹਨੂੰ ਵੀ ਰਾਹ ਦੇ ਵਿੱਚ ਰੋਕਿਆ ਗਿਆ ਬਾਦ ਸੰਗਤ ਵੀ ਜਿਹੜੀ ਹੈ ਉਹ ਇੱਧਰ ਉੱਧਰ ਚੱਲੇ ਗਈ ਯਾਨੀ ਕਿ ਇੱਕ ਇਤਸ਼ਾਹ ਵਾਲਾ ਜਿਹੜਾ ਮਾਹੌਲ ਸੀਗਾ ਉਹ ਪੂਰਾ ਇਸ ਲੜਾਈ ਨੇ ਖਰਾਬ ਕਰ ਦਿੱਤਾ ਆਮ ਸਿੱਖ ਸੰਗਤਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਨਾਰਾਜ਼ਗੀ ਆ ਵੀ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਆ ਉਹ ਕਿਸੇ ਤਰੀਕੇ ਅਜਾਜ ਨਹੀਂ ਠਰਾਈਆਂ ਜਾ ਸਕਦੀਆਂ ਜੇਕਰ ਕਿਸੇ ਦਾ ਕੋਈ ਨਿੱਜੀ ਝਗੜਾ ਆ ਤਾਂ ਉਹਨੂੰ ਪਾਸੇ ਨਿੱਠਿਆ ਜਾ ਸਕਦਾ ਆ ਆਪ ਸਿੱਧੇ ਹੋ ਕੇ ਨਿੱਠਿਆ ਜਾ ਸਕਦਾ ਪਰ ਹੁੰਦਾ ਕੀ ਆ ਕਿ ਅਕਸਰ ਜਦੋਂ ਸਾਂਝੇ ਇਕੱਠ ਹੁੰਦੇ ਆ ਕੋਈ ਨਵਰਗੀਤਨਾ ਹੁੰਦਾ ਕੋਈ ਖੇਡ ਮੇਲਾ ਹੁੰਦਾ ਟੂਰਨਾਮੈਂਟ ਹੁੰਦਾ ਜਾਂ ਫਿਰ ਕੋਈ ਵੈਸੇ ਸੱਭਿਆਚਾਰਕ ਮੇਲਾ ਹੁੰਦਾ ਉੱਥੇ ਆਪਣੀ ਕਿੜ ਕੱਢਣ ਦੇ ਵਾਸਤੇ ਇਕੱਠ ਨੂੰ ਵਰਤਿਆ ਜਾਂਦਾ ਆ ਤੇ ਉਹਦੇ ਨਾਲ ਹੁੰਦਾ ਕੀ ਆ ਵੇ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਜਿਹੜੇ ਉੱਥੇ ਲੋਕ ਮੌਜੂਦ ਹੁੰਦੇ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਤੇ ਇਹੋ ਜੀ ਗੋਲੀਬਾਰੀ ਦੇ ਵਿੱਚ ਗੋਲੀ ਕਿਸੇ ਅਣਜਾਣ ਬੰਦੇ ਦੇ ਨਿਰਦੋਸ਼ ਬੰਦੇ ਦੇ ਵੀ ਲੱਗ ਸਕਦੀ ਆ ਸੋ ਇਸ ਅਗਲ ਦੀ ਸਾਰੇ ਪਾਸਿਓਂ ਬੜੀ ਨਿਖੇਧੀ ਕੀਤੀ ਜਾ ਰਹੀ ਆ ਕਿ ਅਜਿਹੇ ਅੰਸਰਾਂ ਨੂੰ ਪਰੇ ਰੱਖਣਾ ਚਾਹੀਦਾ ਕਮਿਊਨਿਟੀ ਜਿਹੜੀ ਆ ਇਸ ਬਾਰੇ ਕੋਈ ਸਖਤ ਫੈਸਲੇ ਲਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ